अगर आपने हमारे चैनल को सब्सक्राइब नहीं किया है तो इसे सब्सक्राइब कर लें। एक बेनती है भी हुणे जिहड़ी इंटरव्यू च कुछ पुछना पुछ लियो दसना दस लियो कल्ले कल्ले ना बाद च नहीं होनी बहुत औखा काम है हुणे जिहड़ा कुछ थोड़ा जो जी करदा पुछ पुछ हां जी मुक्का साहब की कहना चाहोगे आगे सारे आगे हां जी ਸਾਡੇ ਕੋਲੇ ਗੱਲ ਪੁੱਛੀ ਸੀ ਕਿ ਕਿਸਾਨਾਂ ਦਾ ਨਰਮਾ ਜਿਹੜਾ ਬਠਿੰਡੇ ਮੰਡੀ 'ਚ ਆ ਰਿਹਾ ਕਾਫੀ ਆਏ ਕਿਉਂਕਿ ਏਰੀਆ ਸਾਰਾ ਨਰਮੇ ਦਾ ਹੈ ਉਹਦੇ 'ਚ ਨਰਮੇ ਦਾ ਜਿਹੜਾ ਰੇਟ ਆ ਉਹ ਠੀਕ ਨਹੀਂ ਲੱਗ ਰਿਹਾ ਉਹਦੇ ਵਾਸਤੇ ਅਸੀਂ ਅੱਜ ਆਏ ਸੀ ਮੰਡੀ 'ਚ ਇੱਥੇ ਫਿਰ ਆੜ੍ਹਤੀਆਂ ਨੂੰ ਵੀ ਮਿਲੇ ਕਿਸਾਨਾਂ ਨੂੰ ਵੀ ਮਿਲੇ ਉਹਨਾਂ ਨੂੰ ਪੁੱਛਿਆ ਵੀ ਕੀ ਪ੍ਰੋਬਲਮ ਹੈ ਕੁਛ ਤਾਂ ਇਹ ਆਈ ਵੀ ਕਾਟਨ ਕਾਰਪੋਰੇਸ਼ਨ ਜਿਹੜੀ ਨਰਮਾ ਖਰੀਦਣ ਵਾਲੀ ਉਹ ਰੋਜ਼ ਮੰਡੀ 'ਚ ਨਹੀਂ ਆਉਂਦੇ ਜੋ ਰੋਜ਼ ਮੰਡੀ 'ਚ ਆਉਣ ਜਿਹੜੀਆਂ ਢੇਰੀਆਂ ਉਹਨਾਂ ਦੇ ਵੋਚਰ ਦੇ ਮੁਤਾਬਕ ਆਉਣਗੀਆਂ ਉਹ ਖਰੀਦਣ ਬਾਕੀ ਫਿਰ ਵਪਾਰੀ ਵੀ ਮੁਕਾਬਲੇ 'ਚ ਖਰੀਦੇਗਾ ਜਦੋਂ ਕਾਟਨ ਕਾਰਪੋਰੇਸ਼ਨ ਆਉਂਦੀ ਨਹੀਂ ਮੰਡੀ ਦੇ ਵਿੱਚ ਰੋਜ਼ ਤਾਂ ਫਿਰ ਨਰਮੇ ਦਾ ਭਾਅ ਜਿਹੜਾ ਉਹ ਘੱਟ ਰਹਿ ਜਾਂਦਾ ਹੈ ਇੱਕ ਸੀ ਕਿ ਜਿਹੜੇ ਮਾਰਕੀਟ ਕਮੇਟੀ ਵਾਲੇ ਆ ਜਿਹਨਾਂ ਕੋਲੋਂ ਮੀਟਰ ਵੀ ਹੁੰਦਾ ਅਤੇ ਨਾਲ ਉਹਨਾਂ ਦਾ ਇੱਕ ਬੰਦਾ ਵੀ ਹੁੰਦਾ ਚੈੱਕ ਰੱਖਣ 'ਤੇ ਕਿ ਰੇਟ ਠੀਕ ਲੱਗ ਰਿਹਾ ਕਿ ਨਹੀਂ ਲੱਗ ਰਿਹਾ ਉਹ ਵੀ ਨਹੀਂ ਸੀ ਮੰਡੀ 'ਚ ਆ ਰਹੇ ਉਹ ਮੇਰੀ ਹੁਣੇ ਗੱਲ ਹੋਈ ਆ ਸੈਕਟਰੀ ਮਾਰਕੀਟ ਕਮੇਟੀ ਨਾਲ ਉਹ ਕਹਿੰਦਾ ਜੀ ਅਸੀਂ ਭੇਜ ਦਿਆ ਕਰਾਂਗੇ ਰੋਜ਼ ਬੰਦਾ ਸਾਡਾ ਜਾਇਆ ਕਰੂਗਾ ਨਾਲ ਹੀ ਰਿਹਾ ਕਰੂਗਾ ਜਿੰਨਾ ਚਿਰ ਬੋਲੀ ਲੱਗਦੀ ਉਹ ਹੁਣ ਅੱਜ ਤੋਂ ਜਾਇਆ ਕਰੂਗਾ ਇੱਕ ਤਾਂ ਉਹ ਹੋ ਗਈ ਗੱਲ ਹੁਣ ਅਸੀਂ ਇਸ ਤੋਂ ਬਾਅਦ ਮਿਲਾਂਗੇ ਕਾਟਨ ਕਾਰਪੋਰੇਸ਼ਨ ਵਾਲਿਆਂ ਨੂੰ ਉਹਨਾਂ ਨਾਲ ਪੱਕੀ ਗੱਲ ਉਹਨਾਂ ਤੋਂ ਇਸ਼ੋਰ ਕਰਾਵਾਂਗੇ ਕਿ ਉਹਨਾਂ ਦਾ ਰੋਜ਼ ਬੰਦਾ ਆਵੇ ਮੰਡੀ ਦੇ ਵਿੱਚ ਜਿਹੜਾ ਉਹਨਾਂ ਦੇ ਮੌਚਰ ਦੇ ਵਿੱਚ ਆਉਂਦਾ ਉਹ ਖਰੀਦ ਲਏ ਦੂਜਾ ਵਪਾਰੀ ਖਰੀਦਣਗੇ ਸੋ ਉਹਨਾਂ ਦੇ ਆਉਣਾ ਜ਼ਰੂਰੀ ਉਹਦੇ ਆਉਣ ਦੇ ਨਾਲ ਹੀ ਸਾਰੇ ਵਪਾਰੀਆਂ ਦੇ ਮਨ ਦੇ ਵਿੱਚ ਵੀ ਇਹ ਗੱਲ ਹੈਗੀ ਆੜ੍ਹਤੀਆਂ ਦੇ ਕਿਸਾਨਾਂ ਦੇ ਮਨ ਦੇ ਵਿੱਚ ਵੀ ਹੈਗੀ ਹੈ ਕਿ ਜੇ ਉਹ ਆ ਜਾਣ ਕਾਟਨ ਕਾਰਪੋਰੇਸ਼ਨ ਵਾਲੇ ਉਹਦੇ ਨਾਲ ਵੀ ਫਰਕ ਪੈ ਜਾਂਦਾ ਮੰਡੀ ਦੇ ਵਿੱਚ ਭਾਅ ਦੇ ਵਿੱਚ ਤੇਜ਼ੀ ਆ ਜਾਂਦੀ ਹੈ ਜਦੋਂ ਕਾਟਨ ਕਾਰਪੋਰੇਸ਼ਨ ਆਉਂਦੀ ਹੀ ਨਹੀਂ ਤਾਂ ਫਿਰ ਉਹ ਮੰਦਾ ਰਹਿ ਜਾਂਦਾ ਝੋਨੇ ਦੀ ਵੀ ਖਰੀਦ ਸਰਕਾਰ ਦੀ ਹੈਗੀ ਹੈ ਖਰੀਦੂਗੀ ਕਹੀ ਜਾਂਦੀ ਹੈ ਸਰਕਾਰ ਅਸੀਂ ਖਰੀਦੂਗੀ ਨਹੀਂ ਖਰੀਦੂਗੀ ਤਾਂ ਫਿਰ ਲੜਾਈ ਉਹਨਾਂ ਨੂੰ ਵੀ ਲੜਾਂਗੇ ਉਹਨਾਂ ਨੂੰ ਵੀ ਕਿਉਂ ਨਹੀਂ ਲੜਨੀ ਸੋ ਝੋਨਾ ਵੀ ਮੰਡੀਆਂ ਦੇ ਵਿੱਚ ਸ਼ੁਰੂ ਹੋ ਗਿਆ ਆਪਣੀਆਂ ਸਾਰੀਆਂ ਦੇ ਵਿੱਚ ਜਿਉਂ ਜਿਉਂ ਖਰੀਦ ਤੇਜ਼ ਹੋਏਗੀ ਕਿਉਂ ਤਾਂ ਨਾਲ ਦੀ ਨਾਲ ਪਤਾ ਵੀ ਲੱਗੀ ਚੱਲੇਗਾ ਇੱਕ ਬੇਨਤੀ ਜ਼ਰੂਰ ਆ ਸਾਰਿਆਂ ਨੂੰ ਕਿ ਗਿੱਲਾ ਨਾ ਵੱਢਣ ਫਿਰ ਉਦੋਂ ਪ੍ਰੋਬਲਮ ਆਉਂਦੀ ਹੈ ਗਿੱਲੇ ਦੇ ਵਿੱਚ ਮੌਚਰਾਂ ਦਾ ਰੌਲਾ ਪੈ ਜਾਂਦਾ ਸੋ ਕੋਸ਼ਿਸ਼ ਕੋਈ ਕਾਹਲੀ ਨਾ ਕਰਨ ਮੌਸਮ ਸਾਫ਼ ਹੈ ਹੁਣ ਇਸ ਤੋਂ ਬਾਅਦ ਕੋਈ ਮੌਸਮ ਦੀ ਹੈ ਨਹੀਂ ਗੀ ਬਿਲਕੁਲ ਹੀ ਗੱਲ ਸੋ ਸੁਕਾ ਕੇ ਲਿਆਉਣ ਤਾਂ ਜ਼ਿਆਦਾ ਚੰਗੀ ਗੱਲ ਆ ਤਾਂ ਕਿ ਸਾਰਾ ਹੀ ਆਉਣ ਸਾਰ ਵਿਕ ਜੇ ਅਤੇ ਨਾਲੇ ਰੇਟ ਠੀਕ ਲੱਗ ਜੇ ਅਕਾਲੀ ਦਲ ਵੱਲੋਂ ਇੱਕ ਵਾਰ ਜਿਹੜਾ ਚੰਡੀਗੜ੍ਹ ਦਾ ਰੁੱਖ ਤਿਆਰ ਕੀਤਾ ਗਿਆ ਸੀ ਆਰਡੀਨੈਂਸ ਤੋਂ ਬਾਅਦ ਅੱਗੇ ਰਣਨੀਤੀ ਕੀ ਹੈ ਜੀ ਦੇਖੋ ਦੋ ਗੱਲਾਂ ਚੱਲਦੀਆਂ ਨੇ ਇੱਕ ਪਾਸੇ ਕਿਸਾਨ ਯੂਨੀਅਨ ਕਹਿੰਦੀ ਵੀ ਤੁਸੀਂ ਹੋਰ ਨਾ ਕਰੋ ਅਸੀਂ ਕਰ ਰਹੇ ਹਾਂ ਸਾਰਾ ਕੁਛ ਸਾਡੇ ਕੰਮ ਦੇ ਵਿੱਚ ਦਖਲ ਨਾ ਦਿਓ ਸਾਰੀਆਂ ਪੋਲੀਟੀਕਲ ਪਾਰਟੀਆਂ ਨੇ ਉਹਨਾਂ ਨੇ ਅਪੀਲ ਹੀ ਕੀਤੀ ਹੈ ਕਿਹਾ ਵੀ ਹੈਗਾ ਇਸ ਕਰਕੇ ਕਿਸਾਨ ਯੂਨੀਅਨਾਂ ਕਰੀ ਜਾਂਦੀਆਂ ਸਾਡੀ ਸਪੋਰਟ ਆ ਉਹਨਾਂ ਨੂੰ ਕੋਈ ਨਹੀਂ ਕਰੀ ਪੌਦਾ ਲੱਗੇ ਨੇ ਸਾਰੇ ਠੀਕ ਹੈ ਵਧੀਆ ਅਸੀਂ ਹੁਣ ਇਦੋਂ ਦਾ ਦਿੱਲੀ ਵੱਲ ਹੀ ਰੁੱਕ ਕਰਾਂਗੇ ਅਸੀਂ ਪੰਜਾਬ ਦੇ ਵਿੱਚ ਕਿਉਂਕਿ ਗੱਲ ਵੀ ਠੀਕ ਹੈ ਕਿ ਰੌਲਾ ਤਾਂ ਦਿੱਲੀ ਨਾਲ ਹੈ ਭਾਅ ਤਾਂ ਜੇ ਕੁਛ ਕਰਨਾ ਤਾਂ ਦਿੱਲੀ ਨੇ ਕਰਨਾ ਪੰਜਾਬ ਦੇ ਵਿੱਚ ਤਾਂ ਕੋਈ ਕਰਨ ਵਾਲਾ ਹੈ ਹੀ ਨਹੀਂ ਨਾ ਇੱਥੇ ਕਿਸੇ ਦੀ ਗੱਲ ਆ ਨਾ ਕੋਈ ਕਹਾਣੀ ਹੈ ਸੋ ਜੋ ਹੋਣਾ ਦਿੱਲੀ ਤੋਂ ਹੋਣਾ ਹੈ ਸੋ ਅਸੀਂ ਜਿਹੜੀ ਅਗਲੀ ਲੜਾਈ ਆ ਉਹ ਦਿੱਲੀ ਨਹੀਂ ਰਾਹੁਲ ਗਾਂਧੀ ਦਾ ਦੌਰਾ ਵੇਖੋ ਪਹਿਲਾਂ ਕਾਂਗਰਸ ਪਾਰਟੀ ਜਦੋਂ ਅਸੀਂ ਕਰਦੇ ਸੀ ਧਰਨੇ ਲਾਏ ਜਾਂ ਅਸੀਂ ਮਾਰਚ ਕੀਤਾ ਤਾਂ ਇਹ ਕਹਿੰਦੇ ਪਖੰਡ ਕਰਦੇ ਆ ਡਰਾਮਾ ਕਰਦੇ ਆ ਫਿਰ ਉਹੀ ਆਪ ਕਿਉਂ ਕੀਤਾ ਆਪ ਕਿਉਂ ਕੀਤਾ ਜਾ ਕੇ ਰਾਹੁਲ ਗਾਂਧੀ ਨੂੰ ਕੀ ਲੋੜ ਸੀ ਲਿਆਉਣ ਦੀ ਕਾਂਗਰਸ ਕਰ ਨਹੀਂ ਸੀ ਸਕਦੀ ਕਿ ਕਾਂਗਰਸ ਨਾਲ ਰਾਹੁਲ ਤੋਂ ਬਿਨਾਂ ਬੰਦੇ ਨਹੀਂ ਤੁਰਦੇ ਜਿਹੜੇ ਉਹਨਾਂ ਦੇ ਬਿਲਕੁਲ ਜਿਹੜੇ ਫੇਲ ਹੋ ਚੁੱਕੇ ਆ ਮੈਂ ਤਾਂ ਉਹਦੇ ਭਵਾਨੀਗੜ੍ਹ ਆਇਆ ਸੀਗਾ ਜਿੱਦੇ ਚੰਡੀਗੜ੍ਹੋਂ ਆ ਰਿਹਾ ਸੀ ਜਿੱਦੇ ਇਹਨਾਂ ਦਾ ਭਵਾਨੀਗੜ੍ਹ ਸੀਗਾ ਸਿਰਫ 200 ਟਰੈਕਟਰ ਸੀ ਸਾਰਾ ਹੀ ਟੋਟਲ ਸੀ ਮਸਾਂ 200 ਹੋਣਾ ਅਤੇ ਇਹ ਤਾਂ ਫੇਲ ਖਿਲਾਫ ਸ਼ੋਈ ਹੋਇਆ ਮਤਲਬ ਕਿ ਸਾਨੂੰ ਕੇਂਦਰ ਵੱਲੋਂ ਕਿਸਾਨਾਂ ਨਾਲ ਮੀਟਿੰਗ ਦਾ ਸੱਦਾ ਵੀ ਦੇ ਦਿੱਤਾ ਗਿਆ ਚੰਗੀ ਗੱਲ ਹੈ ਕਿਸਾਨਾਂ ਨੂੰ ਛੇਤੀ ਸੱਦ ਕੇ ਇਹ ਗੱਲ ਨਿਬੇੜਨੀ ਚਾਹੀਦੀ ਹੈ ਬਹੁਤ ਦਿਨ ਹੋ ਗਏ ਸਾਰਾ ਢਾਂਚਾ ਬਾਂਚਾ ਖਰਾਬ ਹੋ ਗਿਆ ਥਰਮਲਾਂ 'ਚੋਂ ਕੋਲਾ ਮੁੱਕ ਚੱਲਿਆ ਹੋਰ ਰੇਹਾਂ ਖਾਦ ਨਹੀਂ ਆ ਰਹੀ ਪੰਜਾਬ ਦੇ ਵਿੱਚ ਅਗਲੇ ਸਮੇਂ 'ਚ ਕਿਸਾਨਾਂ ਨੂੰ ਸਮੱਸਿਆ ਆਏਗੀ ਫਿਰ ਸਟੋਰਾਂ 'ਚੋਂ ਜਿਹੜਾ ਬਾਹਰ ਚੌਲ ਜਾਣਾ ਜਾਂ ਕਣਕ ਜਾਣੀ ਉਹ ਨਹੀਂ ਜਾ ਰਿਹਾ ਫਿਰ ਸਟੋਰ ਖਾਲੀ ਨਾ ਹੋਏ ਮਾਲ ਕਿਵੇਂ ਰੱਖਾਂਗੇ ਸੋ ਇਹ ਬੜਾ ਜ਼ਰੂਰੀ ਹੈ ਜਿੰਨੀ ਛੇਤੀ ਕਿਸਾਨਾਂ ਨਾਲ ਸੈਂਟਰ ਗਵਰਨਮੈਂਟ ਸੱਦ ਕੇ ਇਹਨਾਂ ਦੀ ਗੱਲ ਸੁਣ ਕੇ ਮੁਕਾਬਲੇ ਤਾਂ ਬਹੁਤ ਚੰਗੀ ਕਿਸਾਨਾਂ ਨੇ ਮਨਾ ਕਰਤਾ ਪਰ ਮੀਟਿੰਗ ਕਹਿੰਦਾ ਸੀ ਮੀਟਿੰਗ ਨਹੀਂ ਹਲੇ ਮਨਾ ਨਹੀਂ ਕੀਤਾ ਸ਼ਾਇਦ ਇੱਕ ਅੱਧੇ ਬੰਦੇ ਦਾ ਬਿਆਨ ਮੈਂ ਵੀ ਟੀਵੀ 'ਤੇ ਸੁਣਿਆ ਜਿਵੇਂ ਤੁਸੀਂ ਕਿਹਾ ਅੱਜ ਉਹਨਾਂ ਦੀ ਮੀਟਿੰਗ ਹੈ ਚੰਡੀਗੜ੍ਹ ਦੀ ਅੱਜ ਉੱਥੇ ਮੀਟਿੰਗ ਦੇ ਵਿੱਚ ਹੀ ਫੈਸਲਾ ਕਰਨਗੇ ਹਲੇ ਮਨਾ ਨਹੀਂ ਕਰਿਆ ਉਹਨਾਂ ਦੀ ਮੰਗ ਹੈ ਕਿ ਅਸੀਂ ਕਿਸੇ ਅਫਸਰ ਨਾਲ ਗੱਲ ਨਹੀਂ ਕਰਨੀ ਹੈ ਵੀ ਠੀਕ ਅਫਸਰ ਕੋਲ ਕੋਈ ਕੰਮ ਕਰਨ ਦੀ ਸ਼ਕਤੀ ਨਹੀਂ ਹੁੰਦੀ ਫੈਸਲਾ ਲੈਣ ਦੀ ਸ਼ਕਤੀ ਨਹੀਂ ਹੁੰਦੀ ਉਹ ਕਹਿੰਦਾ ਵੀ ਜਾਂ ਪ੍ਰਾਈਮ ਸਾਨੂੰ ਅੱਬਲ ਤਾਂ ਸਾਨੂੰ ਪ੍ਰਾਈਮ ਮਿਨਿਸਟਰ ਸੱਦੇ ਜਾਂ ਫਿਰ ਸਾਨੂੰ ਖੇਤੀਬਾੜੀ ਮੰਤਰੀ ਸੱਦੇ ਅਸੀਂ ਕਿਸੇ ਅਫਸਰ ਦੇ ਨਾਲ ਨਹੀਂ ਜਾਵਾਂਗੇ ਆਖਰ ਮੁਲਕਾ ਸਾਹਿਬ ਜਿਸ ਤਰ੍ਹਾਂ ਕੇਂਦਰ ਸਰਕਾਰ ਹੁਣ ਕਿਸਾਨਾਂ ਨੂੰ ਮੀਟਿੰਗ ਵਾਸਤੇ ਬੁਲਾ ਰਹੀ ਹੈ
ਅਤੇ ਆਪਣਾ ਹਰਸਿਮਰਤ ਕੌਰ ਬਾਦਲ ਨੇ ਅਸਤੀਫਾ ਦਿੱਤਾ ਸੀ ਵੀ ਕੇਂਦਰ ਸਰਕਾਰ ਕਿਸਾਨਾਂ ਦੀ ਮੰਗਾਂ ਨਹੀਂ ਮੰਨ ਰਹੀ, ਓਰਡੀਨੈਂਸ ਰੱਦ ਨਹੀਂ ਕਰ ਰਹੀ, ਹੁਣ ਉਹ ਰੱਦ ਕਰ ਦਿੰਦੀ ਹੈ, ਫਿਰ ਅਕਾਲੀ ਦਲ ਬੀਜੇਪੀ ਨਾਲ ਸਮਝੌਤਾ ਕਰੂਗੀ? ਨਹੀਂ, ਸਾਡਾ ਕੋਈ ਸਮਝੌਤਾ ਨਹੀਂ ਹੁੰਦਾ, ਅਸੀਂ ਤਾਂ ਆਪਦੀ ਲੜਾਈ ਲੜਾਂਗੇ ਇਕੱਲੇ ਹੀ, ਦੱਬ ਕੇ ਕੋਈ ਅਸੀਂ ਵਧੀਆ ਹੈਗਾ। ਬੀਜੇਪੀ ਵਾਲੇ ਵੀ ਵਿਚਾਰੇ ਬੜੇ ਔਖੇ ਸੀਗੇ, ਬੜਾ ਸਾਨੂੰ ਆਹਦੇ 58 ਲੈਣੀਆਂ 59 ਲੈਣੀਆਂ ਰੋਜ਼ ਰੌਲਾ ਪਾਉਂਦੇ ਸੀ, ਜਾਣ ਦਿੰਦੇ ਸੀ, ਹੁਣ 117 ਹੀ ਦਿੱਤੀਆਂ ਉਹਨਾਂ ਨੂੰ, 117 ਹੀ ਤੁਸੀਂ ਲੜੋ, 117 ਹੀ ਅਸੀਂ ਲੜਾਂਗੇ, ਆਪੇ ਜੋਰ ਜਮਾਈ ਹੋ ਜਾਣਾ, ਪਤਾ ਲੱਗ ਜੂ ਗਾਂ ਨਹੀਂ ਰੌਲਾ ਨਹੀਂ ਪਾਊਗਾ ਮੁੜ ਕੇ। ਸੋ ਇਸ ਕਰਕੇ ਸਾਡਾ ਹੁਣ ਨਹੀਂ ਹੋਏਗਾ ਮੇਲ ਮਿਲਾਪ, ਬਿਲਕੁਲ ਹੀ ਨਹੀਂ ਹੋਏਗਾ। ਇਹ ਸੈਂਟਰ ਗੌਰਮੈਂਟ ਦੀ ਮਰਜ਼ੀ, ਅਸੀਂ ਜਿਸ ਗੱਲ ਦੇ ਉੱਤੇ ਛੱਡ ਕੇ ਆਏ ਹਾਂ, ਅਸੀਂ ਆਏ ਸੀ ਕਿ ਸੈਂਟਰ ਨੂੰ ਸਾਡੀ ਗੱਲ ਸੁਣਨੀ ਚਾਹੀਦੀ ਸੀ। ਜੇ ਅੱਜ ਉਹੀ ਗੱਲ ਕਰਦੇ ਫਿਰ ਤਾਂ ਸੈਂਟਰ ਤਾਂ ਜਮੀ ਬੇਈਮਾਨੀ ਹੋ ਗਈ ਨਾ, ਜੇ ਅੱਜ ਉਹੀ ਗੱਲ ਕਰਦੇ ਤੇ ਅਸੀਂ ਕਹਿੰਦੇ ਸਾਨੂੰ ਕੋਈ ਫਰਕ ਨਹੀਂ ਪੈਂਦਾ, ਅਸੀਂ ਵਜ਼ੀਰੀ ਛੱਡਤੀ ਕਰਤੀ, ਸੈਂਟਰ ਕਿਸਾਨਾਂ ਦੀ ਮੰਗ ਮੰਨ ਲਈ, ਅਸੀਂ ਇਹਦੇ 'ਤੇ ਖੁਸ਼ ਹਾਂ। ਅਸਤੀਫੇ ਤੋਂ ਬਾਅਦ ਅਕਾਲੀ ਦਲ ਦੇ ਜਿਹੜੇ ਆਪਣਾ ਹੈਗਾ ਕੋਈ ਵੀ ਜਿਹੜੇ ਆਪਾਂ ਕਹਿ ਦਈਏ ਉਮੀਦਵਾਰ ਨੇ ਜਾਂ ਹੋਰ ਨੇ, ਉਹਨਾਂ ਵੱਲੋਂ ਲਗਾਤਾਰ ਅਕਾਲੀ ਦਲ 'ਤੇ ਹਮਲੇ ਕੀਤੇ ਜਾ ਰਹੇ ਨੇ ਬੀਜੇਪੀ ਦੇ ਲੀਡਰਾਂ ਵੱਲੋਂ। ਦੇਖੋ, ਬੀਜੇਪੀ ਲੀਡਰ ਵਿਚਾਰੇ ਫਸੇ ਹੋਏ ਆ, ਬਾਹਰ ਉਹਨਾਂ ਨੂੰ ਨਿਕਲ ਨਹੀਂ ਦਿੰਦਾ, ਘਬਰਾਏ ਹੋਏ ਆ, ਉਹ ਅੱਗੇ ਸਾਡੇ ਸਿਰ 'ਤੇ ਵੱਜ ਜਾਂਦੇ ਹੁੰਦੇ ਸੀ, ਉਹਨਾਂ ਨੂੰ ਕੋਈ ਕੁਛ ਕਹਿੰਦਾ ਨਹੀਂ ਸੀ, ਸਾਡੀ ਆੜ 'ਚ ਮੌਜ ਨਾਲ ਫਿਰਦੇ ਤੁਰਦੇ ਰਹਿੰਦੇ ਸੀ, ਹੁਣ ਉਹ ਇਕੱਲਿਆਂ ਨੂੰ ਔਖਾ ਹੋ ਗਿਆ ਬਾਹਰ ਨਿਕਲਣ ਨੂੰ, ਬੰਦੇ ਉਹਨਾਂ ਕੋਲ ਹੈ ਨਹੀਂ, ਉਹ ਘਬਰਾਏ ਹੋਏ ਆ, ਕੋਈ ਨਹੀਂ ਜੋ ਮਰਜ਼ੀ ਬੋਲੀ ਜਾਣ ਉਹਨਾਂ ਨੂੰ, ਸਾਨੂੰ ਕੋਈ ਫਰਕ ਨਹੀਂ। ਮੁਲਕਾ ਸਾਹਿਬ, ਤੁਹਾਡਾ ਇੰਨਾ ਪੁਰਾਣਾ ਗਠਜੋੜ ਸੀ, ਤੁਸੀਂ ਕਹਿ ਰਹੇ ਵੀ ਹੁਣ ਅਸੀਂ ਬੀਜੇਪੀ ਨਾਲ ਨਹੀਂ ਸਮਝੌਤਾ ਕਰਾਂਗੇ, ਇਹ 2022 ਦੀ ਚੋਣਾਂ 117 ਉਹ ਲੜਨਗੇ, ਤੁਸੀਂ ਲੜੋਗੇ, ਘਾਟਾ ਨਹੀਂ ਪਵੇਗਾ ਜੀ ਅਕਾਲੀ ਦਲ? ਯਾਰ, ਜ਼ਿੰਦਗੀ 'ਚ ਕਦੇ ਪੋਲੀਟੀਕਲ ਘਾਟੇ ਵਾਧੇ ਨਹੀਂ ਵੇਖੀ ਜਾਂਦੇ, ਫੈਸਲੇ ਸੂਲ ਦੇ ਕੀਤੇ ਜਾਂਦੇ ਆ, ਅਸੀਂ ਉਹ ਫੈਸਲਾ ਸੂਲ ਦਾ ਕੀਤਾ ਕਿ ਮੇਨ ਧੁਰਾ ਕਿਸਾਨੀ ਹੈ ਪੰਜਾਬ ਦਾ, ਇਹਦੇ ਨਾਲ ਸਾਰਾ ਰੁਜ਼ਗਾਰ ਚੱਲਦਾ, ਵਪਾਰੀਆਂ ਦਾ ਵੀ, ਆੜ੍ਹਤੀਆਂ ਦਾ ਵੀ, ਮਜ਼ਦੂਰਾਂ ਦਾ ਵੀ, ਸਾਰਾ ਕੰਮ ਇੱਥੋਂ ਚੱਲਦਾ। ਅਤੇ ਪੰਜਾਬ ਦੇ ਵਿੱਚ ਜੇ ਉਹਨਾਂ ਨੇ ਸਾਡੀ ਇੰਨੀ ਗੱਲ ਮੰਨੀ ਨਹੀਂ, ਸਾਡੀ ਗੱਲ ਸੁਣੀ ਨਹੀਂ, ਸਾਡੇ ਨਾਲ ਰਾਏ ਨਹੀਂ ਕੀਤੀ ਫੈਸਲਾ ਐਡਾ ਵੱਡਾ ਲੈਣ ਦੀ ਖਾਤਰ, ਤਾਂ ਫਿਰ ਅਸੀਂ ਮੱਲੋ ਮੱਲੇ ਚੁੱਪੀਆਂ ਪਾਈ ਜਾਣਗੀਆਂ, ਕੋਈ ਫਰਕ ਨਹੀਂ ਪੈਂਦਾ, 20 ਵਾਰੀ ਅੱਡ ਵੀ ਲੜੇ, ਅੱਗੇ ਵੀ, ਅੱਗੇ ਕਿਹੜੇ ਲੜੇ ਨੇ? कैमरामैन खान के साथ अनिल कुमार की रिपोर्ट। अगर आपने हमारे चैनल को सब्सक्राइब नहीं किया है तो इसे सब्सक्राइब कर लें।